ਚਾਰ ਮੈਡਲ ਜੀ, ਗੋਲਡ ਮੈਡਲ ਹੈ ਚਾਰੇ, ਇਹ ਮੈਂ ਪਾਵਰ ਲਿਫਟਿੰਗ 'ਚ ਜਿੱਤੇ ਹੈ। ਰਸ਼ੀਆ ਮੋਸਕੋ 'ਚ ਹੋਇਆ ਸੀਗਾ ਇਹ ਕੰਪਟੀਸ਼ਨ। ਆਪਾਂ ਬਿਆਨ ਹੀ ਨਹੀਂ ਕਰ ਸਕਦੇ ਜੀ, ਇੰਨੀ ਕੁ ਖੁਸ਼ੀ ਹੁੰਦੀ ਹੈ ਕਿ ਕੋਈ ਜਦੋਂ ਸਪੋਰਟ ਕਰਨ ਆਏ ਬਹੁਤ ਅੱਛਾ ਲੱਗਦਾ। ਬਸ ਇੱਦਾਂ ਹੀ ਜਦੋਂ ਆਪਾਂ ਪਠਾਨਕੋਟ ਵਾਪਿਸ ਆਏ, ਸਾਡੇ ਯਾਰਾਂ ਦੋਸਤਾਂ ਨੇ, ਭਰਾਵਾਂ ਨੇ, ਜਿਮ ਦੇ ਕੋਚ ਨੇ ਸਾਡਾ ਵੈਲਕਮ ਕੀਤਾ, ਚੈੱਕਅਪ ਕੀਤਾ, ਬਹੁਤ ਅੱਛਾ ਲੱਗਿਆ ਜੀ। ਪਾਵਰ ਲਿਫਟਰ ਕੋ ਇੰਜਰੀ ਸੇ ਬਚਨੇ ਕਾ ਜ਼ਿਆਦਾ ਜ਼ਰੂਰਤ ਹੈ। ਈਗੋ ਲਿਫਟਿੰਗ ਨਹੀਂ ਕਰਨੀ ਚਾਹੀਏ, ਉਸਕੋ ਪਤਾ ਹੋਣਾ ਚਾਹੀਏ ਕਿ ਮੈਂ ਕਿਤਨਾ ਵੇਟ ਉਠਾ ਰਹਾ ਹੂੰ। ਜਬ ਯੇ ਵੀ ਯਹਾਂ ਪਰ ਆਏ ਥੇ ਸਟਾਰਟਿੰਗ ਮੇਂ ਤੋ ਇਨਕੀ ਲੋਅਰ ਬੈਕ ਮੇਂ ਕਾਫੀ ਇਸ਼ੂ ਚੱਲ ਰਹਾ ਥਾ, ਕਿਉਂਕਿ ਈਗੋ ਲਿਫਟਿੰਗ ਆਤੀ ਹੈ ਬੀਚ ਮੇਂ। ਲੇਕਿਨ ਅਭੀ ਧੀਰੇ ਧੀਰੇ ਜੋ ਹਮਨੇ ਟ੍ਰੇਨ ਕੀਆ, ਛੋਟੇ ਛੋਟੇ ਜੋ ਮੇਰੇ ਕੋ ਪ੍ਰੋਬਲਮ ਲਗੀ ਵੋ ਉਸਕੋ ਸੋਲਵ ਕਰਤੇ ਗਏ, ਤੋ ਅਭੀ ਦੇਖੋ ਕਿਤਨਾ ਅੱਛਾ ਰਿਜ਼ਲਟ ਆ ਗਿਆ। ਨਿਊਜ਼ 18 ਨੈਟਵਰਕ ਦੀ ਇਹ ਪਹਿਲ ਰਹਿੰਦੀ ਹੈ ਕਿ ਅਸੀਂ ਤੁਹਾਡੇ ਨਾਲ ਉਹਨਾਂ ਵਿਅਕਤੀਆਂ ਨੂੰ ਰੂਬਰੂ ਕਰਵਾਈਏ ਜਿਨ੍ਹਾਂ ਨੇ ਕਿਸੇ ਚੰਗੇ ਮੁਕਾਮ ਨੂੰ ਹਾਸਿਲ ਕੀਤਾ ਹੋਵੇ। ਅਤੇ ਇਸੇ ਲੜੀ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਠਾਨਕੋਟ, ਅਤੇ ਪਠਾਨਕੋਟ ਦੇ ਵਿੱਚ ਅਸੀਂ ਸੰਨੀ ਚਥਰਤ ਨਾਂ ਦੇ ਉਸ ਵਿਅਕਤੀ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੇ ਭਾਰਤ ਦਾ ਨਾਂ ਵਿਦੇਸ਼ਾਂ ਵਿੱਚ ਰੋਸ਼ਨ ਕੀਤਾ ਹੈ। ਕਿਸ ਤਰ੍ਹਾਂ ਉਹਨਾਂ ਨੇ ਭਾਰਤ ਦਾ ਨਾਂ ਰੋਸ਼ਨ ਕੀਤਾ ਅਸੀਂ ਸੰਨੀ ਨੂੰ ਜਾਣਦੇ ਹਾਂ। ਸੰਨੀ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸੋ ਮਚ ਜੀ। ਸੰਨੀ ਜੀ, ਭਾਰਤ ਦਾ ਨਾਂ ਤੁਸੀਂ ਵਿਦੇਸ਼ਾਂ ਵਿੱਚ ਰੋਸ਼ਨ ਕੀਤਾ ਹੈ, ਥੋੜ੍ਹਾ ਉਸ ਬਾਰੇ ਦੱਸ ਦਿਓ। ਚਾਰ ਮੈਡਲ ਤੁਸੀਂ ਗਲੇ ਵਿੱਚ ਪਾਏ ਹੋਏ ਆ, ਕਿਹੜੇ ਮੈਡਲ ਹੈ ਅਤੇ ਕਿਹੜੇ ਫੀਲਡ ਵਿੱਚ ਤੁਹਾਨੂੰ ਮਿਲੇ ਨੇ? ਇਹ ਚਾਰ ਮੈਡਲ ਜੀ, ਗੋਲਡ ਮੈਡਲ ਹੈ ਚਾਰੇ, ਇਹ ਮੈਂ ਪਾਵਰ ਲਿਫਟਿੰਗ 'ਚ ਜਿੱਤੇ ਹੈ। ਰਸ਼ੀਆ ਮੋਸਕੋ 'ਚ ਹੋਇਆ ਸੀਗਾ ਇਹ ਕੰਪਟੀਸ਼ਨ, IPL ਵਰਲਡ ਲੈਵਲ ਦਾ ਕੰਪਟੀਸ਼ਨ ਸੀਗਾ। ਕਾਫੀ ਸਟ੍ਰਿਕਟ ਕੰਪਟੀਸ਼ਨ ਸੀਗਾ ਕਿਉਂਕਿ 13-14 ਦੇਸ਼ਾਂ ਦੇ ਐਥਲੀਟਸ ਆਏ ਹੋਏ ਸੀਗੇ। ਇੰਡੀਆ ਤੋਂ ਮੈਂ ਰਿਪ੍ਰਜੈਂਟ ਕੀਤਾ, ਆਪਾਂ ਵੀ ਪਾਰਟੀਸਪੇਟ ਕੀਤਾ, ਤਾਂ ਚਾਰ ਮੈਡਲ ਜਿੱਤੇ ਆਪਣੇ ਵੇਟ ਕੈਟਾਗਰੀ 'ਚ। ਅਸੀਂ ਦੇਖਿਆ ਚਾਰ ਮੈਡਲ ਦੀ ਤੁਸੀਂ ਗੱਲ ਕਰ ਰਹੇ ਹੋ, ਚਾਰੇ ਜਿਹੜੇ ਇਹਦੇ 'ਚ ਪਾਵਰ ਲਿਫਟਿੰਗ ਦੇ ਵਿੱਚ ਹੈ ਜਾਂ ਵੱਖ ਵੱਖ ਕੈਟੇਗਰੀਆਂ ਦੇ ਵਿੱਚ? ਹਾਂਜੀ, ਇਹ ਹੈ ਚਾਰੇ ਪਾਵਰ ਲਿਫਟਿੰਗ 'ਚ ਹੀ ਹੈ ਜੀ, ਬਟ ਅਲੱਗ ਅਲੱਗ ਕੈਟੇਗਰੀਜ਼ ਹੁੰਦੀ ਹੈ। ਜਿੱਦਾਂ ਫੁੱਲ ਪਾਵਰ ਲਿਫਟਿੰਗ ਹੋ ਗਿਆ ਰੋ 'ਚ, ਫਿਰ ਇੱਕ ਬੈਂਚ ਪ੍ਰੈਸ ਸਿੰਗਲ ਖੇਡਿਆ ਸੀ ਉਹ 'ਚ, ਫਿਰ ਡੈਡ ਲਿਫਟ ਰੋ 'ਚ ਹੈ, ਫਿਰ ਇੱਕ ਸਟ੍ਰਿਕਟ ਗਾਲ ਆਉਂਦਾ ਕੰਪਟੀਸ਼ਨ, ਉਹਦੇ 'ਚ ਜਿੱਤਿਆ ਜੀ। ਹਾਂਜੀ। ਕਿਹੜੀ ਕੈਟੇਗਰੀ ਦੇ ਵਿੱਚ ਤੁਸੀਂ ਪਾਰਟੀਸਪੇਟ ਕੀਤਾ, ਕਿੰਨੇ ਭਾਰ ਦੇ ਵਿੱਚ ਤੁਸੀਂ ਇਸ ਦੇ ਵਿੱਚ ਖੇਡਿਆ? ਹਾਂਜੀ, ਪਹਿਲਾਂ ਤਾਂ ਮੈਂ 75 'ਚ ਖੇਡਦਾ ਸੀਗਾ ਜੀ, ਹੁਣ ਇਸ ਵਾਰੀ ਥੋੜ੍ਹਾ ਜਿਹਾ ਮਸਲ ਮਾਸ ਗੇਨ ਕਰਕੇ ਆਪਾਂ ਅੰਡਰ 82 'ਚ ਖੇਡਿਆ। ਹਾਂਜੀ, ਮੇਰੇ ਵੇਟ 'ਚ ਸੀਗੇ 9-10 ਐਥਲੀਟ ਸੀਗੇ, ਅਤੇ ਉਹਦੇ 'ਚ ਆਪਾਂ ਸਾਰਿਆਂ 'ਚ ਗੋਲਡ ਮੈਡਲ ਜਿੱਤਿਆ ਜੀ। ਅਸੀਂ ਦੇਖਿਆ ਕਿ ਜਦ ਤੁਸੀਂ ਗੋਲਡ ਮੈਡਲ ਲੈ ਕੇ ਆਏ ਹੋ, ਜਿਹੜੀ ਥਾਂ ਤੁਸੀਂ ਪ੍ਰੈਕਟਿਸ ਕਰਦੇ ਹੋ, ਜਿਮ ਦੇ ਓਨਰ, ਉੱਥੋਂ ਦੇ ਜਿਹੜੇ ਤੁਹਾਡੇ ਨਾਲ ਐਕਸਰਸਾਈਜ਼ ਲਗਾਉਂਦੇ ਆ, ਸਭ ਨੇ ਕੇਕ ਕੱਟ ਕੇ ਤੁਹਾਡਾ ਸਵਾਗਤ ਵੀ ਕੀਤਾ, ਕਿਵੇਂ ਦਾ ਅਨੁਭਵ ਹੋਇਆ ਜਾਂ ਕਿਵੇਂ ਦਾ ਮਹਿਸੂਸ ਹੋਇਆ ਉਸ ਵੇਲੇ ਤੋਂ? ਹਾਂਜੀ, ਉਹ ਟਾਈਮ ਤਾਂ ਆਪਾਂ ਬਿਆਨ ਹੀ ਨਹੀਂ ਕਰ ਸਕਦੇ ਜੀ, ਇੰਨੀ ਕੁ ਖੁਸ਼ੀ ਹੁੰਦੀ ਹੈ ਕਿ ਕੋਈ ਜਦੋਂ ਸਪੋਰਟ ਕਰਨ ਆਏ ਬਹੁਤ ਅੱਛਾ ਲੱਗਦਾ। ਬਸ ਇੱਦਾਂ ਹੀ ਜਦੋਂ ਆਪਾਂ ਪਠਾਨਕੋਟ ਵਾਪਿਸ ਆਏ, ਸਾਡੇ ਯਾਰਾਂ ਦੋਸਤਾਂ ਨੇ, ਭਰਾਵਾਂ ਨੇ, ਜਿਮ ਦੇ ਕੋਚ ਨੇ ਸਾਡਾ ਵੈਲਕਮ ਕੀਤਾ, ਕੇਕ ਕੱਟ ਕੀਤਾ, ਬਹੁਤ ਅੱਛਾ ਲੱਗਿਆ ਜੀ। ਸੰਨੀ ਦੀ ਤਿਆਰੀ ਕੀ ਹੈ? ਚਾਰ ਗੋਲਡ ਲੈ ਆਏ ਹੋ, ਅੱਗੇ ਤਿਆਰੀ ਕੀ ਹੈ? ਅੱਗੇ ਜੀ, ਸਾਨੂੰ ਤਾਂ ਇੱਥੇ ਜਿਹੜਾ ਆਪਾਂ ਜਿੱਥੋਂ ਚਾਰ ਗੋਲਡ ਮੈਡਲ ਜਿੱਤੇ ਰਸ਼ੀਆ 'ਚੋਂ, ਸਾਨੂੰ ਇੱਥੋਂ ਹੀ ਇਨਵੀਟੇਸ਼ਨ ਆ ਗਿਆ ਸੀਗਾ, ਆਰਨੋਲਡ ਕਲਾਸਿਕ ਹੈਗਾ ਸਪੇਨ 'ਚ, ਇਨਵੀਟੇਸ਼ਨ ਦੇ ਦਿੱਤਾ ਸੀ ਕਿ ਆਓ। ਬਾਕੀ ਅੱਗੇ ਹੈਗਾ ਵੀਅਤਨਾਮ ਹੈ ਵਰਲਡ, ਫਿਰ ਥਾਈਲੈਂਡ ਹੈ ਜੀ। ਮੇਰੇ ਨਾਲ ਸੰਨੀ ਜੀ ਦੇ ਕੋਚ ਸਾਹਿਬਾਨ ਵੀ ਮੇਰੇ ਨਾਲ ਹੈ। ਕਿੰਨਾ ਤਿਆਰੀਆਂ ਕਰਨੇ ਪਈ ਸੰਨੀ ਨੂੰ ਚਾਰ ਗੋਲਡ ਲਿਆਉਣ ਵਾਸਤੇ, ਅਤੇ
ਕੀ ਟ੍ਰੇਨਿੰਗ ਰਹਿੰਦੀ ਹੈ ਇਹਨਾਂ ਦੇ, ਥੋੜ੍ਹੇ ਉਸ ਬਾਰੇ ਦਾ? ਜੋ ਐਕਚੁਅਲੀ ਕਿਹਾ, ਜੋ ਪਾਵਰ ਲਿਫਟਰ ਕੀ ਜੋ ਟ੍ਰੇਨਿੰਗ ਹੈ ਔਰ ਜੋ ਡਾਇਟ ਹੈ, ਉਹ ਨੋਰਮਲ ਸੇ ਬਿਲਕੁਲ ਡਿਫਰੈਂਟ ਹੈ, ਹੈ ਨਾ। ਇਸਮੇ ਹਮਾਰਾ ਕਾਮ ਹੈ ਸਭਸੇ ਪਹਿਲਾਂ ਲਿਗਾਮੈਂਟ ਕੋ ਟ੍ਰੇਨ ਕਰਨਾ, ਕਿਉਂਕਿ ਮਸਲ ਔਰ ਲਿਗਾਮੈਂਟ ਨੇ ਹੈਵੀ ਵੇਟ ਉਠਾਨੇ ਆ, ਤੋ ਹਮਾਰੀ ਹੈਵੀ ਵੇਟ ਕੇ ਸਾਥ ਨਾ ਇਨਕੀ ਲਿਗਾਮੈਂਟ ਕੀ ਕਾਫੀ ਟ੍ਰੇਨਿੰਗ ਚਲਤੀ ਹੈ, ਹੈ ਨਾ। ਜੈਸੇ ਹਮਾਰਾ ਫਾਰਮਰ ਵਾਕ ਹੋ ਗਿਆ, ਗ੍ਰਿਪ ਕੇ ਲੀਏ, ਹੈ ਨਾ, ਕਾਫ ਕੇ ਲੀਏ, ਸ਼ੋਲਡਰ ਕੇ ਲੀਏ ਬਹੁਤ ਟ੍ਰੇਨਿੰਗ ਹੋਤੀ ਹੈ। ਔਰ ਇਨਕੀ ਡਾਇਟ ਜੋ ਹੈ ਵੋ ਵੀ ਹਾਈ ਕੈਲਰੀ ਡਾਇਟ ਹੋਤੀ ਹੈ, ਹਮੇਸ਼ਾ ਕੈਲਰੀ ਹਾਈ, ਪ੍ਰੋਟੀਨ ਹਾਈ, ਹੈ ਨਾ। ਇਹ ਡਾਇਟ ਹਮ ਕਰਤੇ ਔਰ ਸੁਬਹ ਸ਼ਾਮ ਟ੍ਰੇਨਿੰਗ ਕਰ ਰਹੇ ਹੈ, ਬਸ ਈਜ਼ੀ ਹੈ, ਬਾਕੀ ਇਨਕੀ ਮਿਹਨਤ ਹੈ। ਇੱਕ ਚੰਗੇ ਪਾਵਰ ਲਿਫਟਰ ਨੂੰ ਕਿਹੜੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ? ਪਾਵਰ ਲਿਫਟਰ ਕੋ ਇੰਜਰੀ ਸੇ ਬਚਨੇ ਕਾ ਜ਼ਿਆਦਾ ਜ਼ਰੂਰਤ ਹੈ। ਈਗੋ ਲਿਫਟਿੰਗ ਨਹੀਂ ਕਰਨੀ ਚਾਹੀਦੀ, ਉਸਕੋ ਪਤਾ ਹੋਣਾ ਚਾਹੀਏ ਕਿ ਮੈਂ ਕਿਤਨਾ ਵੇਟ ਉਠਾ ਰਹਾ ਹੂੰ ਔਰ ਕਿਤਨਾ ਮੇਰੇ ਕੋ ਉਠਾਨਾ ਹੈ, ਕਿਤਨਾ ਲੋਡ ਆਪਣੇ ਉੱਪਰ ਡਾਲਨਾ ਹੈ, ਹੈ ਨਾ। ਜਬ ਇਹ ਵੀ ਯਹਾਂ ਪਰ ਆਏ ਥੇ ਸਟਾਰਟਿੰਗ ਮੇਂ ਤੋ ਇਨਕੀ ਲੋਅਰ ਬੈਕ ਮੇਂ ਕਾਫੀ ਇਸ਼ੂ ਚੱਲ ਰਹਾ ਥਾ, ਕਿਉਂਕਿ ਈਗੋ ਲਿਫਟਿੰਗ ਆਤੀ ਹੈ ਬੀਚ ਮੇਂ। ਲੇਕਿਨ ਅਭੀ ਧੀਰੇ ਧੀਰੇ ਜੋ ਹਮਨੇ ਟ੍ਰੇਨ ਕੀਆ, ਛੋਟੇ ਛੋਟੇ ਜੋ ਮੇਰੇ ਕੋ ਪ੍ਰੋਬਲਮ ਲਗੀ ਵੋ ਉਸਕੋ ਸੋਲਵ ਕਰਤੇ ਗਏ, ਤੋ ਅਭੀ ਦੇਖੋ ਕਿਤਨਾ ਅੱਛਾ ਰਿਜ਼ਲਟ ਆਇਆ। ਅਸੀਂ ਦੇਖਿਆ ਜਿੱਥੇ ਸੰਦੀਪ ਜੀ ਪ੍ਰੈਕਟਿਸ ਕਰਦੇ ਨੇ, ਜਦ 4 ਗੋਲਡ ਲੈ ਕੇ ਆਏ ਆ ਤੁਹਾਡੇ ਵੱਲੋਂ ਆਉਣ 'ਤੇ ਉਹਨਾਂ ਦਾ ਸਵਾਗਤ ਕੀਤਾ ਗਿਆ, ਕੇਕ ਕੱਟ ਕੇ ਉਹਨਾਂ ਦਾ ਸਵਾਗਤ ਕੀਤਾ, ਕੀ ਸੁਨੇਹਾ ਦੇਣਾ ਚਾਹੁੰਦੇ ਹੋ ਹੋਰ ਜਿਹੜੇ ਨੌਜਵਾਨ ਹੈ ਅਤੇ ਇਹਨਾਂ ਦੇ ਆਉਣ ਦੇ, ਇਹਨਾਂ ਦੇ 4 ਗੋਲਡ ਲਿਆਉਣ ਦੇ ਉੱਤੇ ਕੀ ਕਹਿਣਾ ਚਾਹੁੰਦੇ? ਮੈਂ ਲੋਕੋ ਕੋ ਬਸ ਯਹੀ ਇੱਕ ਸੰਦੇਸ਼ ਦੇਤਾ ਹੂੰ ਕਿ ਕੋਈ ਈਗੋ ਲਿਫਟਿੰਗ ਸੇ ਬਚੋ, ਹੈ ਨਾ। ਕਿਸੀ ਕੋ ਦੇਖਾ ਦੇਖੀ ਔਨਲਾਈਨ ਲੋਕੋ ਕੋ ਦੇਖ ਕੇ ਮਤਲਬ ਜ਼ਬਰਦਸਤੀ ਐਕਸਰਸਾਈਜ਼ ਨਾ ਕਰੋ, ਹੈਵੀ ਵੇਟ ਨਾ ਉਠਾਓ, ਇੰਜਰੀ ਸੇ ਬਚੋ, ਅੱਛੀ ਡਾਇਟ ਲਓ, ਅੱਛੇ ਸਪਲੀਮੈਂਟ ਲਓ, ਹੈ ਨਾ, ਅੱਛੀ ਰੈਸਟ ਲਓ ਬਸ। ਅਹਿਸਨ ਸਾਡੇ ਨਾਲ, ਸੰਨੀ ਜੀ ਨਾਲ ਤੁਸੀਂ ਗੱਲ ਕੀਤੀ, ਉਸ ਤੋਂ ਬਾਅਦ ਉਹਨਾਂ ਦੇ ਕੋਚ ਸਾਹਿਬਾਨ ਉਹਨਾਂ ਨਾਲ ਗੱਲਬਾਤ ਕੀਤੀ, ਉਹਨਾਂ ਦੱਸਿਆ ਕਿ ਕਿੰਨੀ ਮਿਹਨਤ ਸਦਕਾ ਸੰਨੀ ਜੀ ਨੇ 4 ਗੋਲਡ ਮੈਡਲ ਜਿਹੜਾ ਭਾਰਤ ਦੇ ਨਾਮ ਕੀਤੇ ਆ। ਇਸ ਦੇ ਨਾਲ ਹੀ ਉਹਨਾਂ ਨੇ ਕਈ ਖਾਸੀਅਤਾਂ ਅਜਿਹੀਆਂ ਦੱਸੀਆਂ ਕਿ ਇੱਕ ਪਾਵਰ ਲਿਫਟਰ ਬਣਨ ਦੇ ਲਈ ਕਿਹੜੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।